ਹੁਣ ਅਸੀਂ ਕੀ ਜੈਰੀ ਭਾਈ ਨੂੰ ਦੇਖ ਸਕਦੇ ਹਾਂ ਕਦੋਂ ਪੰਜਾਬ 'ਚ ਸਪੈਸ਼ਲੀ ਕੋਈ ਫਿਲਮ ਕਰਨ? ਬਿਲਕੁਲ ਯਾਰ, ਬੁਲਾਓ ਮੈਨੂੰ, ਮਤਲਬ ਮੈਂ ਲਿਖਵਾਓ ਕੁਛ ਐਸੇ ਅੱਛੀ ਕਹਾਣੀ ਜਿਸਮੇ ਕੀ ਪੰਜਾਬ 'ਚ ਜਿਹੜੀ ਫਿਲਮ ਤੁਹਾਡੀ ਹੋਊਗੀ ਕਿ ਉਹਦੇ ਵਿੱਚ ਵੀ ਤੁਸੀਂ ਧਰਤੀ 'ਚੋਂ ਬੰਦੇ ਦੀ ਲਾਸ਼ਾਂ ਕੱਢੋਗੇ ਜਾਂ ਕੋਈ ਕਾਮੇਡੀ ਕੁਮੇਡੀ ਵੀ ਨਿਕਲੂਗੀ? ਦੇਖੋ ਪੰਜਾਬੀ ਮੂਗਾ ਤਾਂ ਕਾਮੇਡੀ ਤਾਂ ਹੋਊਗੀ, ਐਸਾ ਤਾਂ ਨਹੀਂ ਹੋ ਸਕਦਾ ਕਿ ਪੰਜਾਬ ਮੇਂ ਔਰ ਕਾਮੇਡੀ ਨਾ, ਬਟ ਡੈਫੀਨੇਟਲੀ ਮਿਕਸ ਹੋਗਾ ਤਾਂ ਔਰ ਅੱਛੀ ਬਾਤ। ਦਿਲਜੀਤ ਪਾਜੀ ਕੇ ਸਾਥ ਤੋ ਕਰਨੇ ਬਹੁਤ चंडीगढ़ के दोस्त हैं बहुत सारे, और जब यूथ फेस्टिवल्स में जाते थे तो पंजाबी बहुत सारे दोस्त थे, GNDU के हो या PU यूनिवर्सिटी अपनी, जो वहाँ का थिएटर बहुत फेमस है, इंडियन थिएटर वाला, मेरे गुरु जी वहाँ से पास आउट हैं, तो कोई नया नहीं, मेरे लिए तो घर ही है ना ये। ਸਾਡੇ ਪੰਜਾਬ ਦੇ ਨੇ ਇੱਕ ਸਾਨੂੰ ਬੜੀ ਵੱਡੀ ਖੁਸ਼ੀ ਹੋਈ ਸੀਗੀ ਕਿ ਜਦੋਂ ਪਤਾਲ ਲੋਕ 'ਚ ਸਾਡੇ ਪੰਜਾਬ ਦੇ ਬੰਦੇ ਨੇ ਕੰਮ ਕੀਤਾ ਸੀ, ਉਹਨਾਂ ਨੇ ਜਗਜੀਤ ਸੰਧੂ, ਜਗਜੀਤ ਸੰਧੂ ਜੀ ਨੇ ਕੰਮ ਕੀਤਾ ਸੀਗਾ। ਹੁਣ ਅਸੀਂ ਕੀ ਜੈਰੀ ਭਾਈ ਨੂੰ ਦੇਖ ਸਕਦੇ ਹਾਂ ਕਦੋਂ ਪੰਜਾਬ 'ਚ ਸਪੈਸ਼ਲੀ ਕੋਈ ਫਿਲਮ ਕਰਨ? ਬਿਕੋਜ਼ ਸਾਡੇ ਸਾਰਿਆਂ ਦਾ ਬੜਾ ਦਿਲ ਹੈ। ਬਿਲਕੁਲ ਯਾਰ, ਬੁਲਾਓ ਮੈਨੂੰ, ਮਤਲਬ ਮੈਂ ਲਿਖਵਾਓ ਕੁਛ ਐਸੇ ਅੱਛੀ ਕਹਾਣੀ ਜਿਸ ਮੇਂ ਇੱਕ ਵਾਰ ਥਾ ਕਹੀਂ ਕੁਛ ਬਾਤ ਚੀਜ਼ ਹੋ ਰਹੀ ਥੀ ਕਿ ਕੁਛ ਕੋਈ ਕਹਾਣੀ ਆਈ ਥੀ ਜਿਸ ਮੇਂ ਦਿਲਜੀਤ ਪਾਜੀ ਥੇ, ਔਰ ਪਰ ਵੋ ਹੁਆ ਨਹੀਂ ਕੁਛ ਰਣਬੀਰ ਕਪੂਰ ਅੰਮ੍ਰਿਤਸਰ ਗਿਆ ਥਾ, ਕੁਛ ਨੀ ਛੋੜਾ, ਛੋਲੇ ਕੁਲਚੇ ਸੇ ਲੈ ਕੇ ਪਰਾਠੇ ਔਰ ਯੇ ਵੋ ਜੋ ਵੀ ਸਟ੍ਰੀਟ ਫੂਡ ਹੋਤਾ ਹੈ ਉਹ ਸਭ ਕਾ ਸਭ ਕੋ ਪਤਾ ਹੈ। ਸੁਪਰ, ਥੈਂਕ ਯੂ ਸੋ ਮਚ ਭਾਜੀ, ਬੜਾ ਅੱਛਾ ਲੱਗਾ ਆਪਸੇ ਬਾਤ ਕਰਕੇ, ਐਂਡ ਉਮੀਦ ਹੈ ਛੇਤੀ ਆਉਂਦੇ ਲਾਉਂਦੇ ਰਹੋ ਗੇੜਾ। ਚੰਗਾ, ਥੈਂਕ ਯੂ। ਹੁਣ ਅਸੀਂ ਕੀ ਜੈਰੀ ਭਾਈ ਨੂੰ ਦੇਖ ਸਕਦੇ ਹਾਂ ਕਦੋਂ ਪੰਜਾਬ 'ਚ ਸਪੈਸ਼ਲੀ ਕੋਈ ਫਿਲਮ ਕਰਨ? ਬਿਲਕੁਲ ਯਾਰ, ਬੁਲਾਓ ਮੈਨੂੰ, ਮਤਲਬ ਮੈਂ ਲਿਖਵਾਓ ਕੁਛ ਐਸੇ ਅੱਛੀ ਕਹਾਣੀ ਜਿਸਮੇ ਕੀ ਪੰਜਾਬ 'ਚ ਜਿਹੜੀ ਫਿਲਮ ਤੁਹਾਡੀ ਹੋਊਗੀ ਕਿ ਉਹਦੇ ਵਿੱਚ ਵੀ ਤੁਸੀਂ ਧਰਤੀ 'ਚੋਂ ਬੰਦੇ ਦੀ ਲਾਸ਼ਾਂ ਕੱਢੋਗੇ ਜਾਂ ਕੋਈ ਕਾਮੇਡੀ ਕੁਮੇਡੀ ਵੀ ਨਿਕਲੂਗੀ? ਦੇਖੋ ਪੰਜਾਬੀ ਮੂਗਾ ਤਾਂ ਕਾਮੇਡੀ ਤਾਂ ਹੋਊਗੀ, ਐਸਾ ਤਾਂ ਨਹੀਂ ਹੋ ਸਕਦਾ ਕਿ ਪੰਜਾਬ ਮੇਂ ਔਰ ਕਾਮੇਡੀ ਨਾ, ਬਟ ਡੈਫੀਨੇਟਲੀ ਮਿਕਸ ਹੋਗਾ ਤਾਂ ਔਰ ਅੱਛੀ ਬਾਤ। ਦਿਲਜੀਤ ਪਾਜੀ ਕੇ ਸਾਥ ਤੋ ਕਰਨੇ ਬਹੁਤ। ਸਤਿ ਸ਼੍ਰੀ ਅਕਾਲ ਭਾਈ, ਤੁਸੀਂ ਪੰਜਾਬ ਆਏ ਹੋ, ਸਾਨੂੰ ਸਾਰਿਆਂ ਨੂੰ ਬੜੀ ਵੇਟ ਰਹਿੰਦੀ ਹੈ ਕਿ ਜਦੋਂ ਵੀ ਆਰਟਿਸਟ ਸਾਡੇ ਸਪੈਸ਼ਲੀ ਪੰਜਾਬ 'ਚ ਆਉਂਦੇ ਨੇ, ਪਹਿਲੀ ਗੱਲ ਦੱਸੋ ਕਿ ਪੰਜਾਬ 'ਚ ਆਏ ਕਿਵੇਂ ਦਾ ਫੀਲ ਹੈ? ਮੈਂ ਪੰਚਕੂਲਾ ਸੇ ਪੁਰਾਣਾ ਰਿਸ਼ਤੇਦਾਰ, ਮੇਰਾ ਭਾਈ ਰਹਿਤਾ ਪੰਚਕੂਲਾ ਪਿਛਲੇ 20 ਸਾਲ ਸੇ, ਤੋ ਚੰਡੀਗੜ੍ਹ ਕੇ ਦੋਸਤ ਹੈ ਬਹੁਤ ਸਾਰੇ, ਔਰ ਜਬ ਯੂਥ ਫੈਸਟੀਵਲਸ ਮੇਂ ਜਾਤੇ ਥੇ ਤੋ ਪੰਜਾਬੀ ਬਹੁਤ ਸਾਰੇ ਦੋਸਤ ਥੇ, GNDU ਕੇ ਹੋ ਜਾਂ PU ਯੂਨੀਵਰਸਿਟੀ ਆਪਣੀ, ਜੋ ਵਹਾਂ ਕਾ ਥੀਏਟਰ ਬਹੁਤ ਫੇਮਸ ਹੈ, ਇੰਡੀਅਨ ਥੀਏਟਰ ਵਾਲਾ, ਮੇਰੇ ਗੁਰੂ ਜੀ ਵਹਾਂ ਸੇ ਪਾਸ ਆਊਟ ਹੈ, ਤੋ ਕੋਈ ਨਯਾ ਨਹੀਂ, ਮੇਰੇ ਲਈ ਤਾਂ ਘਰ ਹੀ ਹੈ ਨਾ ਇਹ। ਸਾਡੇ ਪੰਜਾਬ 'ਚ ਨੇ ਇੱਕ ਸਾਨੂੰ ਬੜੀ ਵੱਡੀ ਖੁਸ਼ੀ ਹੋਈ ਸੀਗੀ ਕਿ ਜਦੋਂ ਪਤਾਲ ਲੋਕ 'ਚ ਸਾਡੇ ਪੰਜਾਬ ਦੇ ਬੰਦੇ ਨੇ ਕੰਮ ਕੀਤਾ ਸੀ, ਉਹਨਾਂ ਨੇ ਜਗਜੀਤ ਸੰਧੂ, ਜਗਜੀਤ ਸੰਧੂ ਜੀ ਨੇ ਕੰਮ ਕੀਤਾ ਸੀਗਾ। ਹੁਣ ਅਸੀਂ ਕੀ ਜੈਰੀ ਭਾਈ ਨੂੰ ਦੇਖ ਸਕਦੇ ਹਾਂ ਕਦੋਂ ਪੰਜਾਬ 'ਚ ਸਪੈਸ਼ਲੀ ਕੋਈ ਫਿਲਮ ਕਰਨ? ਬਿਕੋਜ਼ ਸਾਡੇ ਸਾਰਿਆਂ ਦਾ ਬੜਾ ਦਿਲ ਹੈ। ਬਿਲਕੁਲ ਯਾਰ, ਬੁਲਾਓ ਮੈਨੂੰ, ਮਤਲਬ ਮੈਂ ਲਿਖਵਾਓ ਕੁਛ ਐਸੇ ਅੱਛੀ ਕਹਾਣੀ ਜਿਸ ਮੇਂ ਇੱਕ ਵਾਰ ਥਾ ਕਹੀਂ ਕੁਛ ਬਾਤ ਚੀਜ਼ ਹੋ ਰਹੀ ਥੀ ਕਿ ਕੁਛ ਕੋਈ ਕਹਾਣੀ ਆਈ ਥੀ ਜਿਸ ਮੇਂ ਦਿਲਜੀਤ ਪਾਜੀ ਥੇ, ਔਰ ਪਰ ਵੋ ਹੁਆ ਨਹੀਂ ਕੁਛ ਰਣਬੀਰ ਕਪੂਰ ਸਿਧਾਰਥ ਭਾਜੀ ਆਏ ਸੀਗੇ, ਸਪੈਸ਼ਲੀ ਪੁੱਛਦੇ ਹੁੰਦੇ ਆ ਕਿ ਪੰਜਾਬ 'ਚ ਆ ਕੇ ਕਦੀ ਪੰਜਾਬ ਦਾ ਫੂਡ ਤੁਸੀਂ ਬਿਨਾਂ ਟਰਾਈ ਕੀਤੇ ਜਾਓਗੇ ਤਾਂ ਨਹੀਂ, ਪੰਜਾਬ ਦਾ ਫੂਡ ਤੁਸੀਂ ਖਾ ਕੇ ਜਾਓਗੇ? ਮੈਂ ਕਦੀ ਨਹੀਂ ਛੋੜ ਪਾਤਾ ਖਾਣਾ, ਕੈਸੇ ਛੋੜ ਪਾਓਗੇ? ਮੈਂ ਅੰਮ੍ਰਿਤਸਰ ਗਿਆ ਥਾ, ਮੈਂ ਕੁਛ ਨਹੀਂ ਛੋੜਾ, ਛੋਲੇ ਕੁਲਚੇ ਸੇ ਲੈ ਕੇ ਪਰਾਠੇ ਔਰ ਯੇ ਵੋ ਜੋ ਵੀ ਸਟ੍ਰੀਟ ਫੂਡ ਹੋਤਾ ਹੈ ਉਹ ਸਭ ਕਾ ਸਭ ਕੋ ਪਤਾ ਹੈ। ਸੁਪਰ, ਥੈਂਕ ਯੂ ਸੋ ਮਚ ਭਾਜੀ, ਬੜਾ ਅੱਛਾ ਲੱਗਾ ਆਪਸੇ ਬਾਤ ਕਰਕੇ, ਐਂਡ ਉਮੀਦ ਹੈ ਛੇਤੀ ਆਉਂਦੇ ਲਾਉਂਦੇ ਰਹੋ ਗੇੜਾ। ਚੰਗਾ।